ਬਠਿੰਡਾ ਪੁਲਿਸ ਵੱਲੋਂ ਗੈਂਗਸਟਰ ਅਤੇ ਡਰੱਗਸ ਨੂੰ ਲੈ ਕੇ ਅੱਜ ਵੱਖ ਵੱਖ ਜਗ੍ਹਾ ਦੇ ਉੱਤੇ ਚਲਾਇਆ ਗਿਆ ਅਕਾਸ ਓਪਰੇਸ਼ਨ ਅਤੇ 5 ਲੋਕਾਂ ਨੂੰ ਲਿਆ ਗਿਆ ਹਿਰਾਸਤ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ 'ਤੇ ਮਾਮਲਾ ਦਰਜ ਐਸ ਪੀ ਸਿਟੀ ਨੇ ਦਿੱਤੀ ਜਾਣਕਾਰੀ ਐਤਵਾਰ ਨੂੰ 6 ਵਜੇ ਦੇ ਲਗਭਗ ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਐਸ ਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਡਰੱਗਸ ਅਤੇ ਗੈਂਗਸਟਰ ਵਿਵਾਦ ਨੂੰ ਲੈ ਕੇ ਉਹਨਾਂ ਵੱਲੋਂ ਵੱਖ ਵੱਖ ਜਗ੍ਹਾ ਦੇ ਉੱਤੇ ਕਾਸਾ ਓਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਤਲਵੰਡੀ ਸਾਬੋ, ਬੀੜਤਲਾ ਅਤੇ ਧੋਬੀਆਣਾ ਬਸਤੀ ਵਿਖੇ ਕੀਤਾ ਗਿਆ ਜਿਸ ਦੇ ਵਿੱਚ CAA ਦੀਆਂ ਟੀਮਾਂ, PCR ਪਾਰਟੀਆਂ ਅਤੇ ਹੋਰ ਆਪਣਾ ਥਾਣੇ ਦੀ ਪੁਲਿਸ ਪਾਰਟੀ ਸੀ ਜਿਸ ਦੇ ਵਿੱਚ ਉਹਨਾਂ ਦੇ ਨਾਲ DSP City 2 ਵੀ ਉਹਨਾਂ ਦੇ ਨਾਲ ਮੌਜੂਦ ਸਨ ਅਤੇ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਥਾਣਾ ਛੱਦਰ ਦੇ ਅਧੀਨ ਆਉਂਦੇ ਬੀੜਤਲਾ ਵਿਖੇ 5 ਵਿਅਕਤੀਆਂ ਨੂੰ ਉਹਨਾਂ ਵੱਲੋਂ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਦੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੇਖ ਲਓ ਤਸਵੀਰ ਦਿਖਾ ਰਹੇ ਬਠਿੰਡਾ ਧੋਬੀਆਣਾ ਬਸਤੀ ਦੀਆਂ ਜਿੱਥੇ ਬਠਿੰਡਾ ਪੁਲਿਸ ਵੱਲੋਂ ਗੈਂਗਸਟਰ ਅਤੇ ਨਸ਼ੇ ਨੂੰ ਲੈ ਕੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਅੱਜ ਉਹਨਾਂ ਦੇ ਨਾਲ ਦਿਖਾਈ ਦਿੱਤੀ। SP City ਵੱਲੋਂ ਇਸ ਦੀ ਅਗਵਾਈ ਕੀਤੀ ਗਈ। ਮਾਣਯੋਗ DGP ਸਾਹਿਬ, ਪੰਜਾਬ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਪੰਜਾਬ ਪੁਲਿਸ ਹੈ ਉਹਨਾਂ ਨੇ ਗੈਂਗਸਟਰ ਅਤੇ ਡਰੱਗਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਸੰਬੰਧ ਦੇ ਵਿੱਚ ਅੱਜ ਮਾਣਯੋਗ SSP ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਅਲੱਗ ਅਲੱਗ ਜਿਹੜੇ ਏਰੀਆਜ਼ ਹੈਗੇ ਉਹਨਾਂ ਦੇ ਵਿੱਚ ਕੈਸ ਓਪਰੇਸ਼ਨ ਚਲਾਇਆ ਗਿਆ। ਇਸ ਦੇ ਵਿੱਚ ਮਾਰਨਿੰਗ ਟਾਈਮ ਜਿਹੜਾ ਲੰਡਾ ਗਰੁੱਪ ਦੇ ਜਿਹੜੇ ਟਿਕਾਣੇ ਨੇ ਜਾਂ ਉਹਨਾਂ ਦੇ ਐਸੋਸੀਏਟਸ ਨੇ ਉਹਨਾਂ ਦੇ 6 ਟਿਕਾਣਿਆਂ ਦੇ ਉੱਪਰ ਅੱਜ ਰੇਡ ਕੀਤੀ ਗਈ ਜਿਸ ਦੇ ਵਿੱਚ ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ ਏਰੀਏ ਦੇ ਵਿੱਚ ਉਹਨਾਂ ਦੇ ਟਿਕਾਣੇ ਦੇ ਉੱਪਰ ਰੇਡ ਕੀਤੀ ਗਈ ਸੀਗੀ। ਇਸ ਤੋਂ ਬਾਅਦ ਬਾਅਦ ਦੁਪਹਿਰ ਬੀੜ ਤਲਾਬ ਬਸਤੀ ਦੇ ਏਰੀਏ ਦੇ ਵਿੱਚ ਬਠਿੰਡਾ ਦਿਹਾਤੀ ਦੀ ਪੁਲਿਸ ਵੱਲੋਂ ਜਿਹੜੇ ਡਰੱਗਸ ਦੇ ਸੰਬੰਧ ਦੇ ਵਿੱਚ ਜਿਹੜੇ ਸਾਡੇ ਕੰਪਲੇਂਟਸ ਆ ਰਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਸਾਨੂੰ ਅੱਜ 5 ਬੰਦੇ ਜਿਹੜੇ ਅਸੀਂ ਰਾਊਂਡ ਅਪ ਕੀਤੇ ਨੇ ਜਿਨ੍ਹਾਂ ਦੇ ਖਿਲਾਫ਼ ਅਸੀਂ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਕਰਨ ਜਾ ਰਹੇ ਹਾਂ। ਈਵਨਿੰਗ ਟਾਈਮ ਅਸੀਂ ਸਾਡੀ ਬਠਿੰਡਾ ਸਿਟੀ ਦੀ ਪੁਲਿਸ ਨਾਲ PCR ਪਾਰਟੀ ਨਾਲ ਜਿਹੜੇ ਸਾਡੇ CIA ਦੇ ਸਟਾਫ ਦੀ ਟੀਮ ਨੇ ਲੈ ਕੇ ਅਸੀਂ ਜਿਹੜੀ ਧੋਬੀਆਣਾ ਬਸਤੀ ਹੈ ਜੋ ਕਿ ਸ਼ਹਿਰ ਬਠਿੰਡਾ ਦੇ ਵਿੱਚ ਕਾਫੀ ਕੰਪਲੇਂਟ ਸਾਨੂੰ ਡਰੱਗਸ ਸੰਬੰਧੀ ਆਉਂਦੀਆਂ ਨੇ ਇੱਥੇ ਕੈਸ ਓਪਰੇਸ਼ਨ ਸਾਡੇ ਵੱਲੋਂ ਜਿਹੜਾ ਹੈ ਚਲਾਇਆ ਜਾ ਰਿਹਾ ਅਤੇ ਬਿਲਕੁਲ ਸਾਫ਼ ਅਤੇ ਸਖ਼ਤ ਹਦਾਇਤ ਹੈਗੀ ਹੈ ਜਿਹੜੇ ਡਰੱਗ ਸਮਗਲਰ ਜਾਂ ਜਿਹੜੇ ਗੈਂਗਸਟਰ ਐਕਟੀਵਿਟੀਜ਼ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਅਤੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਜਿਹੜਾ ਐਕਸ਼ਨ ਹੈ ਲਿਆ ਜਾਊਗਾ। ਪਰਚਾ ਵੀ ਦਰਜ ਕੀਤਾ ਜਾ ਰਿਹਾ ਬੀੜ ਤਲਾਬ ਬਸਤੀ ਦੇ ਵਿੱਚ ਸਦਰ ਥਾਣਾ ਸਦਰ ਬਠਿੰਡਾ ਦੇ ਵਿੱਚ ਅਸੀਂ 5 ਬੰਦਿਆਂ 'ਤੇ ਇੱਕ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਹਾਂ ਅਤੇ ਨਾਲ ਹੀ ਇੱਕ ਪੋਲ ਜੰਪਰ ਜਿਹੜਾ ਹੈਗਾ 302 ਮੁਕੱਦਮੇ ਦੇ ਵਿੱਚ ਵਾਂਟਡ ਸੀਗਾ ਸਾਨੂੰ ਉਹਨੂੰ ਅਸੀਂ ਅਰੈਸਟ ਕੀਤਾ ਅਤੇ ਹੁਣ ਅਸੀਂ ਇੱਥੇ ਧੋਬੀਆਣਾ ਬਸਤੀ ਦੇ ਵਿੱਚ ਕਰ ਰਹੇ ਹਾਂ। ਡੈਫੀਨੇਟਲੀ ਇੱਥੇ ਵੀ ਅਸੀਂ ਜਿਹੜੀ ਜਿਹੜੇ ਬੰਦੇ ਇਨਵੋਲਵ ਨੇ ਉਹਨਾਂ ਦੇ ਖਿਲਾਫ਼ ਐਕਸ਼ਨ ਲਵਾਂਗੇ।